ਇੱਕ ਡੱਬੇ ਵਿੱਚ 146 ਟਾਫੀਆਂ ਸਨ। ਪ੍ਰਨੀਤ ਨੇ ਉਸ ਡੱਬੇ ਵਿੱਚੋਂ 36 ਟਾਫੀਆਂ ਆਪਣੀ ਭੈਣ ਨੂੰ ਦਿੱਤੀਆਂ। 100 ਟਾਫੀਆਂ ਉਸਨੇ ਆਪਣੀ ਜਮਾਤ ਦੇ ਬੱਚਿਆਂ ਨੂੰ ਵੰਡ ਦਿੱਤੀਆਂ। ਦੱਸੋ ਉਸ ਕੋਲ ਕਿੰਨੀਆਂ ਟਾਫੀਆਂ ਬਚੀਆਂ? ਡੱਬੇ ਵਿੱਚ 146 ਟਾਫੀਆਂ ਸਨ। ਪ੍ਰਨੀਤ ਨੇ ਡੱਬੇ ਵਿੱਚੋਂ 36 ਟਾਫੀਆਂ ਆਪਣੀ ਭੈਣ ਨੂੰ ਦਿੱਤੀਆਂ। ਉਸ ਤੋਂ ਬਾਅਦ ਡੱਬੇ ਵਿੱਚ 110 ਟਾਫੀਆਂ ਰਹਿ ਗਈਆਂ। 110 ਟਾਫੀਆਂ ਵਿੱਚੋਂ 100 ਟਾਫੀਆਂ ਉਸਨੇ ਆਪਣੀ ਜਮਾਤ ਦੇ ਬੱਚਿਆਂ ਨੂੰ ਵੰਡ ਦਿੱਤੀਆਂ। ਇਸ ਤਰ੍ਹਾਂ ਡੱਬੇ ਵਿੱਚ 10 ਟਾਫੀਆਂ ਬਚ ਗਈਆਂ। ਆਪਸ਼ਨ ਨੰਬਰ 4 ਇਸ ਸਵਾਲ ਦਾ ਸਹੀ ਜਵਾਬ ਹੈ। ਹੱਥ ਦੀਆਂ ਖੜੀਆਂ ਉਂਗਲਾਂ ਅਨੁਸਾਰ ਖਾਲੀ ਥਾਂ ਲਈ ਸਹੀ ਉੱਤਰ ਚੁਣੋ। ਤਸਵੀਰ ਵਿੱਚ 4 ਹੱਥ ਦਿਖਾਏ ਗਏ ਹਨ ਅਤੇ ਹਰ ਇੱਕ ਹੱਥ ਦੀਆਂ 5-5 ਉਂਗਲਾਂ ਖੜੀਆਂ ਹਨ। ਇਸ ਦਾ ਭਾਵ ਹੈ 4 × 5, ਜਿਸ ਨੂੰ 4×5 ਲਿਖਦੇ ਹਾਂ। ਇਸ ਲਈ ਖਾਲੀ ਸਥਾਨ ਵਿੱਚ ਅੰਕ 5 ਆਵੇਗਾ ਅਤੇ ਆਪਸ਼ਨ ਨੰਬਰ 2 ਇਸ ਸਵਾਲ ਦਾ ਸਹੀ ਜਵਾਬ ਹੈ। ਸਾਰਣੀ ਪੂਰੀ ਕਰਨ ਲਈ ਸਹੀ ਉੱਤਰ ਦੱਸੋ। ਸਾਰਣੀ ਦੇ ਉੱਪਰ ਅੰਕ 3 ਅਤੇ 4 ਲਿਖੇ ਹਨ ਅਤੇ ਹੇਠਾਂ ਕਤਾਰਾਂ ਵਿੱਚ ਅੰਕ 5, 6, 7 ਲਿਖੇ ਹਨ ਅਤੇ ਗੁਣਾ ਦਾ ਚਿੰਨ੍ਹ ਦਿੱਤਾ ਗਿਆ ਹੈ। 5×3=15, ਇਸੇ ਤਰ੍ਹਾਂ 5×4=20, 6×3=18, 6×4=24, 7×3=21, 7×4=28। ਇਸ ਤਰ੍ਹਾਂ ਇਸ ਸਵਾਲ ਦਾ ਸਹੀ ਉੱਤਰ 20, 24, 28 ਹੈ ਅਤੇ ਆਪਸ਼ਨ ਨੰਬਰ 2 ਇਸ ਸਵਾਲ ਦਾ ਸਹੀ ਜਵਾਬ ਹੈ। ਇੱਕ ਬਿੱਲੀ ਦੀਆਂ 4 ਲੱਤਾਂ ਤਾਂ 7 ਬਿੱਲੀ ਦੀਆਂ ਕਿੰਨੀਆਂ ਲੱਤਾਂ ਹੋਣਗੀਆਂ? ਇੱਕ ਬਿੱਲੀ ਦੀਆਂ 4 ਲੱਤਾਂ ਹਨ। 7 ਬਿੱਲੀ ਦੀਆਂ ਲੱਤਾਂ ਪਤਾ ਕਰਨ ਲਈ 4 ਨੂੰ 7 ਨਾਲ ਗੁਣਾ ਕਰਦੇ ਹਾਂ। 7×4=28, ਇਸ ਤਰ੍ਹਾਂ 7 ਬਿੱਲੀਆਂ ਦੀਆਂ 28 ਲੱਤਾਂ ਹੋਣਗੀਆਂ ਅਤੇ ਆਪਸ਼ਨ ਨੰਬਰ 3 ਇਸ ਸਵਾਲ ਦਾ ਸਹੀ ਜਵਾਬ ਹੈ। ਖਰਗੋਸ਼ 8×2×2 ਦੀਆਂ ਪੁੱਠੀਆਂ ਛਾਲਾਂ ਮਾਰਦਾ ਹੋਇਆ ਤੀਜੀ ਛਾਲ 'ਤੇ ਕਿਹੜੀ ਸੰਖਿਆ 'ਤੇ ਪਹੁੰਚੇਗਾ? ਖਰਗੋਸ਼ ਨੇ 8×2×2 ਦੀਆਂ ਪੁੱਠੀਆਂ ਛਾਲਾਂ ਮਾਰਨੀਆਂ ਸ਼ੁਰੂ ਕੀਤੀਆਂ। ਖਰਗੋਸ਼ 8 ਤੋਂ ਪਹਿਲੀ ਛਾਲ ਲਗਾਉਣ ਤੋਂ ਬਾਅਦ 6 ਉੱਪਰ ਅਤੇ 6 ਤੋਂ ਅਗਲੀ ਛਾਲ ਲਗਾਉਣ 'ਤੇ 4 'ਤੇ ਅਤੇ 4×2 ਦੀ ਪੁੱਠੀ ਛਾਲ ਲਗਾ ਕੇ 2 'ਤੇ ਪਹੁੰਚੇਗਾ।
ਇਸ ਤਰ੍ਹਾਂ ਆਪਸ਼ਨ ਨੰਬਰ 3 ਇਸ ਸਵਾਲ ਦਾ ਸਹੀ ਜਵਾਬ ਹੈ।